कि साडे सर्वे किन्ने सही साबित हुंदे आ किन्ने गलत साबित हुंदे आ। जे असी गल करिए एबीपी न्यूज दे सर्वे दी जो लोक नीति ने नाल कीता गया वा ते पहले नंबर ते पार्टी आ कांग्रेस 47 तों 55 सीटां 47 तों 55 सीटां। श्रोमणी अकाली दल दूजे नंबर ते 28 तों 36 सीटां ते आम आदमी पार्टी तीजे आम आदमी पार्टी ते आम आदमी पार्टी तीजे नंबर ते 26 तों 34 सीटां। मैं रिपीट करदा श्रोमणी कांग्रेस नंबर एक दी पोजीशन ते 47 तों 55 47 तों 55। श्रोमणी अकाली दल बीजेपी दा गठजोड़ 28 तों 36। आम आदमी पार्टी अते लोक इंसाफ पार्टी दा गठजोड़ 26 तों 34 सीटां नूं 34 सीटां मिलदियां होईयां एबीपी न्यूज़ दस रही आ। सबदीप जी ने भी कमेंट कीता ते एक्सिस ने भी एक्सिस सर्वे च भी श्रोमणी अकाली दल ते बीजेपी नूं 10 तों 12 सीटां या आई थिंक 11 तों 15 सीटां दित्तियां गईयां। जबकि मैनू परसनली डाउट आ कि श्रोमणी अकाली दल 11 तों 15 सीटां ते ही रुक जूगी या जो रिजल्ट आउणगे 11 तों 15 सीटां श्रोमणी अकाली दल की झोली च पैणगियां ते आम आदमी पार्टी की झोली च 41 तों 45 सीटां पैणगियां। यह मेरा परसनल ओपीनियन आई माइट बी रोंग, मैं यह नहीं कह रहा कि मैं 100% राइट होऊंगा, पर जो मेरा परसनल सर्वे साढ़े सर्वे तो एक्सपीरियंस आ मेरे ख्याल एक्सेस शायद इतने रोंग होगी और आई माइट बी रोंग। एबीपी के सर्वे तो मैं आप मैं अपनी व्यू देव तो मैं ज्यादा श्रोमणी अकाली दल जो 28 तों 36 सीटां जा रही ने यह मेरे ख्याल ज्यादा सैट बनिया ने। दिलराज जी ਹਰਪ੍ਰੀਤ ਜੀ, ਤੁਸੀਂ ਕਿਹਾ ਕਿ ਇੰਡੀਆ ਟੂਡੇ ਸਰਵੇ ਨੂੰ ਤੁਸੀਂ ਜ਼ਿਆਦਾ ਤਵੱਜੋ ਦਿਓਗੇ, ਮੈਂ ਕਹਾਂਗਾ ਕਿ ਬਿਲਕੁਲ ਦੇਣਾ ਚਾਹੀਦਾ ਵੀ ਹੈ, ਪਰ ਅਸੀਂ ਸਭ ਤੋਂ ਜ਼ਿਆਦਾ ਅੱਜ ਦੀ ਡੇਟ ਵਿੱਚ ਚੱਕ ਦੇ ਟੀਵੀ ਦੇ ਸਰਵੇ ਨੂੰ ਹੀ ਵੇਟ ਕਰਾਂਗੇ। ਬਹੁਤ ਮਿਹਨਤ ਕੀਤੀ ਹੈ ਪੂਰੀ ਦੀ ਪੂਰੀ ਟੀਮ ਨੇ, ਜੋ ਮਾਪਦੰਡ ਸੀਗੇ ਸਰਵੇ ਦੇ, ਕਿੱਦਾਂ ਕਰਨਾ ਹੈ, ਕਿੰਨਾ ਸੈਂਪਲ ਸਾਈਜ਼ ਲੈਣਾ ਹੈ, ਕਿਹੜੀ ਜਾਤੀ ਨੂੰ ਕਿੰਨੇ ਪਰਸੈਂਟ ਵਿੱਚ ਵੰਡਣਾ ਹੈ, ਕਿਹੜੇ ਕਿਹੜੇ ਵਰਗ ਨੂੰ ਛੂਹਣਾ, ਹਰ ਕੋਸ਼ਿਸ਼ ਕੀਤੀ ਹੈਗੀ ਹੈ। ਤੇ ਮੈਨੂੰ ਬੜੀ ਉਮੀਦ ਹੈ ਚੱਕ ਦੇ ਟੀਵੀ ਦੇ ਸਰਵੇ ਤੋਂ। ਏਬੀਪੀ ਦੀ ਗੱਲ ਜੇ ਆਪਾਂ ਕਰੀਏ ਤੇ ਬਿਲਕੁਲ ਏਬੀਪੀ ਤੇ ਇੰਡੀਆ ਟੂਡੇ ਦੋਨਾਂ ਦਾ ਇਹ ਆਖਰੀ ਸਰਵੇ ਹੀ ਲੱਗਦਾ ਵਾ, ਫਾਈਨਲ ਓਪੀਨੀਅਨ ਪੋਲ ਸਰਵੇ ਲੱਗਦਾ ਵਾ। ਉਸ ਤੋਂ ਬਾਅਦ ਸ਼ਾਇਦ 5 ਜਾਂ 7 ਤਰੀਕ ਤੱਕ ਇਲੈਕਸ਼ਨ ਕਮਿਸ਼ਨ ਨੇ ਬੈਨ ਲਾਇਆ ਹੋਇਆ, ਉਸ ਤੋਂ ਬਾਅਦ ਐਗਜ਼ਿਟ ਪੋਲ ਆਉਣੇ ਸ਼ੁਰੂ ਹੋ ਜਾਣਗੇ। ਪਰ ਕਾਫੀ ਹੱਦ ਤੱਕ ਸਿਨੈਰੀਓ ਇੰਡੀਆ ਟੂਡੇ ਵਾਲਾ ਜਿਹੜਾ ਸਰਵੇ ਹੈ ਉਹੀ ਲੱਗਦਾ ਪਿਆ। ਜੇ ਪਰਸਨਲ ਓਪੀਨੀਅਨ ਦੇਵਾਂ, ਚੱਕ ਦੇ ਟੀਵੀ ਦਾ ਸਰਵੇ ਆਪਾਂ 1-2 ਦਿਨ ਦੇ ਵਿੱਚ ਰਿਲੀਜ਼ ਕਰਾਂਗੇ। ਫਾਈਨਲ ਸਰਵੇ ਕੰਸਟੀਚੁਐਂਸੀ ਵਾਈਜ਼ ਤਾਂ ਅਸੀਂ ਆਮ ਹੀ ਕਰਦੇ ਰਹਿੰਦੇ ਹਾਂ, ਪਰ ਫਾਈਨਲ ਸਰਵੇ ਵੀ ਜੋ 2-4 ਦਿਨ ਦੇ ਵਿੱਚ ਕਰਾਂਗੇ। ਪਰ ਜੋ ਮੈਨੂੰ ਲੱਗਦਾ ਪਿਆ, ਮੈਨੂੰ ਵੀ ਏਬੀਪੀ ਨਿਊਜ਼ ਦਾ ਉਸ ਲੈਵਲ ਤੇ ਨਹੀਂ ਠੀਕ ਲੱਗਦਾ ਪਿਆ ਜਿਸ ਲੈਵਲ ਤੇ ਇੰਡੀਆ ਟੂਡੇ ਤੇ ਐਕਸਿਸ ਦਾ ਸਰਵੇ ਲੱਗਦਾ ਪਿਆ। ਮੈਨੂੰ ਲੱਗਦਾ ਕਿ ਆਲਮੋਸਟ ਜਿਹੜੀ ਫਿਗਰ ਬਣੇਗੀ ਇਲੈਕਸ਼ਨ ਤੋਂ ਬਾਅਦ, ਸਰਬੀਰ ਜੀ ਵੀ ਕਿਸੇ ਨਾ ਕਿਸੇ ਐਂਗਲ ਤੋਂ ਸਹੀ ਹੈ ਕਿ ਹੰਗ ਅਸੈਂਬਲੀ ਵਿੱਚ ਕਾਂਗਰਸ ਲੀਡ ਕਰ ਸਕਦੀ ਹੈ, 2-4 ਸੀਟਾਂ ਪਿੱਛੇ ਰਹਿ ਵੀ ਸਕਦੀ ਹੈ ਤੇ 2-4 ਸੀਟਾਂ ਅੱਗੇ ਜਾ ਵੀ ਸਕਦੀ ਹੈ। ਪਰ ਆਲਮੋਸਟ ਜੇ 60 ਚਾਹੀਦੀਆਂ, 59 ਮੇਰੇ ਖਿਆਲ ਨਾਲ ਚਾਹੀਦੀਆਂ ਵਾ ਸਰਕਾਰ ਭਰਾ ਨੂੰ, ਕਾਂਗਰਸ ਹੋ ਸਕਦਾ 56-57 ਜਾਂ 60 ਦੇ ਲਾਗੇ ਛਾਗੇ ਲੈ ਕੇ ਜਾਵੇ। ਪਰ ਅੱਜ ਦੀ ਡੇਟ ਵਿੱਚ ਜੇ ਪਰਸਨਲ ਓਪੀਨੀਅਨ ਬੀਂਗ ਜਰਨਲਿਸਟ ਮੈਂ ਦੇਵਾਂ ਤੇ ਮੈਨੂੰ ਲੱਗਦਾ ਕਾਂਗਰਸ ਲੀਡ ਕਰੇਗੀ ਦੂਜੇ ਨੰਬਰ ਤੇ, ਸ਼ਾਇਦ ਆਮ ਆਦਮੀ ਪਾਰਟੀ ਰਵੇ ਤੇ ਤੀਜੇ ਤੇ ਸ਼੍ਰੋਮਣੀ ਅਕਾਲੀ ਦਲ। ਪਰ ਇਹ ਸਮੀਕਰਨ ਬਦਲਣਗੇ ਜਦੋਂ ਜਿਹੜਾ ਡੇਰਾ ਸੱਦਾ ਵਾਲਾ ਸਾਧ ਹੈਗੇ ਆ, ਜਦੋਂ ਉਹ ਆਪਣਾ ਪੱਤਾ ਖੋਲਣਗੇ, ਉਹ ਕਿਹੜੀ ਪਾਰਟੀ ਨੂੰ ਸਪੋਰਟ ਕਰਨਗੇ। ਜੇ ਉਹ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਨੂੰ ਸਪੋਰਟ ਕਰਦੇ ਆ, ਤੇ ਮੈਨੂੰ ਬੜਾ ਸ਼ੋਰ ਆ ਮੈਂ ਕਿ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ 30 ਤੋਂ 35 ਤੋਂ 40 ਸੀਟਾਂ ਤਕਰੀਬਨ ਸਾਰੇ ਦਿਖਾਉਂਦੇ ਪਏ ਆ, ਉਹ ਵਾਲੀਆਂ ਸੀਟਾਂ ਤੇ ਧਾਰ ਲੱਗੇਗੀ, ਕਿਉਂਕਿ ਆਮ ਆਦਮੀ ਪਾਰਟੀ ਦਾ ਜਿੰਨਾ ਵੀ ਜ਼ੋਰ ਹੈ ਉਹ ਤਕਰੀਬਨ ਮਾਲਵੇ ਦੇ ਉਹ ਖੇਤਰਾਂ ਵਿੱਚ ਹੈ ਜਿੱਥੇ ਡੇਰੇ ਦੀਆਂ ਵੀ ਬਹੁਤ ਜ਼ਿਆਦਾ ਵੋਟਾਂ ਵਾ, ਤੇ ਡੇਰੇ ਦੇ ਜਿੰਨੇ ਵੀ ਭਗਤ ਹੈਗੇ ਆ, ਤੇ ਪਿਛਲੇ 5-7-10 ਸਾਲ ਦਾ ਦੇਖੋ, ਜਦੋਂ ਵੀ ਡੇਰਾ ਕਹਿ ਦਿੰਦਾ ਕਿ ਇਸ ਪਾਰਟੀ ਨੂੰ ਵੋਟ ਪਾਉਣੀ ਚਾਹੀਦੀ ਹੈ, ਉਹ ਬਗੈਰ ਸੋਚੇ ਸਮਝੇ ਵੋਟਿੰਗ ਕਰਦੇ ਹੈਗੇ ਆ ਤੇ ਉਸੇ ਪਾਰਟੀ ਨੂੰ ਵੋਟ ਕਰਦੇ ਹੈਗੇ ਆ। ਮੈਨੂੰ ਲੱਗਦਾ ਕਿ ਇਹ ਸਮੀਕਰਨ ਜੇ ਡੇਰੇ ਨੇ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਨੂੰ ਸਪੋਰਟ ਕੀਤਾ, ਜੋ ਹਜੇ ਤੱਕ ਕਿਆਸ ਲਾਏ ਜਾ ਰਹੇ ਨੇ, ਤੇ ਇਹ ਸਮੀਕਰਨ ਬਦਲਣਗੇ। ਆਈ ਥਿੰਕ ਮੈਂ ਵੀ ਦਿਲਰਾਜ ਜੀ ਦੀ ਉਸ ਗੱਲ ਤੋਂ ਐਗਰੀ ਹਾਂ। ਈਵਨ ਕਿ ਜਦੋਂ ਮੈਂ ਕਹਿ ਰਿਹਾ ਸੀ ਕਿ ਮੈਂ ਐਕਸੈਸ ਸਰਵੇ ਨੂੰ ਕਲੋਜ਼ਲੀ ਫੋਲੋ ਕਰੂੰਗਾ, ਈਵਨ ਮੈਨੂੰ ਵੀ ਕਾਫੀ ਹੱਦ ਤੱਕ ਮੈਂ ਸ਼ੋਰ ਹਾਂ
ਕਿ ਚੱਕ ਦੇ ਟੀਵੀ ਦੇ ਸਰਵੇ ਸਹੀ ਸਾਬਿਤ ਹੋਣਗੇ ਐਕਸੈਪਟ ਜਿਹੜੇ ਰਾਈਡਿੰਗ ਚ ਅਸੀਂ 2-3 ਮਹੀਨੇ ਹੋ ਗਏ ਨੇ ਕਿਉਂਕਿ ਕਾਫੀ ਸਮੀਕਰਨ ਚੇਂਜ ਹੋ ਚੁੱਕੇ ਨੇ ਪਰ ਜੋ ਹੁਣ ਕਲੋਜ਼ਲੀ ਹੋ ਰਹੇ ਨੇ ਤੇ ਖਾਸ ਕਰਕੇ ਜੋ ਹੁਣ ਰੀਸੈਂਟਲੀ ਹੋ ਰਹੇ ਨੇ ਤੇ ਖਾਸ ਕਰਕੇ ਜੋ ਅਸੀਂ ਸਰਵੇ 2 ਤਰੀਕ ਨੂੰ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਜਿਸ ਧੂਰੀ ਸਨਾਮ ਚਮਕੌਰ ਸਾਹਿਬ ਰੋਪੜ ਅਤੇ ਆਈ ਥਿੰਕ ਆਈ ਐਮ ਫੋਰਗੈਟਿੰਗ ਵਨ ਸਿਟੀ ਦਲਰਾਜ ਜੀ ਅੰਕੇ ਨੂੰ ਚੇਤਾ ਹੋਵੇ ਹਰਪ੍ਰੀਤ ਜੀ ਜੇ ਪਰ ਮੈਂ ਇਹ ਵੀ ਕਹਾਂ ਕਿ ਜੇ 2-2.5 ਮਹੀਨੇ ਜਿਹੜੇ ਨੂੰ ਹੋ ਵੀ ਗਏ ਨੇ ਉੱਥੇ ਵੀ ਤੁਸੀਂ ਦੇਖੋਗੇ ਸਮੀਕਰਨ ਜ਼ਿਆਦਾ ਬਦਲਣਗੇ ਨਹੀਂ ਕਿਉਂਕਿ ਸੈਂਪਲ ਸਾਈਜ਼ ਜਿਹੜਾ ਚੱਕ ਦੇ ਟੀਵੀ ਨੇ ਲਿਆ ਪਹਿਲੀ ਚੀਜ਼ ਅਸੀਂ ਵੀਡੀਓ ਰਿਕਾਰਡਿੰਗ ਕੀਤੀ ਹੈ ਦੂਜੀ ਚੀਜ਼ ਜਿਹੜਾ ਸੈਂਪਲ ਸਾਈਜ਼ ਲਿਆ ਉਹ ਹਰ ਕੌਨਸਟੀਚੁਐਂਸੀ ਵਿੱਚ 200-250 ਤੋਂ ਲੈ ਕੇ 300 ਤੱਕ ਸੈਂਪਲ ਸਾਈਜ਼ ਹੈ ਤੇ ਹਰ ਵਰਗ ਨੂੰ ਛੂਹਿਆ 300 ਦਾ 250-300 ਦਾ ਸੈਂਪਲ ਸਾਈਜ਼ ਬਹੁਤ ਵੱਡਾ ਹੁੰਦਾ ਵਾ ਕਿਸੇ ਵੀ ਸਰਵੇ ਦੇ ਨਿਰਪੱਖ ਨੂੰ ਜਾਣਨ ਨੂੰ ਮੈਨੂੰ ਨਹੀਂ ਲੱਗਦਾ ਪਰਸਨਲ ਤੌਰ ਤੇ ਕਿ ਬਹੁਤ ਵੱਡਾ ਫਰਕ ਆਏਗਾ ਚੱਕ ਦੇ ਟੀਵੀ ਦੇ ਸਰਵੇ ਦੇ ਤੇ ਰਿਜ਼ਲਟ ਦੇ ਅਤੇ ਮਾਨਸਾ ਦਾ ਵੀ ਸਰਵੇ ਅਸੀਂ ਮਾਨਸਾ ਸ਼ਹਿਰ ਸ਼ਹਿਰ ਦਾ ਸਰਵੇ ਵੀ ਅਸੀਂ 2 ਤਰੀਕ ਨੂੰ ਤੁਹਾਡੇ ਨਾਲ ਜ਼ਰੂਰ ਰਿਲੀਜ਼ ਕਰਾਂਗੇ ਮੁੱਲਾਪੁਰ ਦਾਖਾ ਇਸ ਏ ਸਿਕਸ ਸਿਟੀ ਜਿਹਦਾ ਸਰਵੇ ਅਸੀਂ ਤੁਹਾਡੇ ਰਿਲੀਜ਼ ਕਰਾਂਗੇ 2 ਫਰਵਰੀ ਨੂੰ ਥੋੜਾ ਜਿਹਾ ਨਿਗਾਹ ਮਾਰਦੇ ਹਾਂ ਅਗਲੇ ਜੋ ਜ਼ੀ ਪੰਜਾਬ ਦਾ ਸਰਵੇ ਆ ਪਰ ਉੱਥੇ ਜਾਣ ਤੋਂ ਪਹਿਲਾਂ ਮੈਂ ਇੱਕ ਵਾਰ ਸੀਪੀ ਸਿੰਘ ਜੀ ਐਂਡ ਅਜੀਤ ਜੀ ਨੂੰ ਚਾਹੂੰਗਾ ਹੁਣ ਦੋਵੇਂ ਸਰਵਿਆਂ ਤੇ ਜਾਂ ਅਜੇ ਤੱਕ ਕੋਈ ਗੱਲਬਾਤ ਤੇ ਕਮੈਂਟ ਕਰਨਾ ਚਾਹੁੰਦੇ ਪਲੀਜ਼ ਹਰਪ੍ਰੀਤ ਜੀ ਮੈਨੂੰ ਇਦਾਂ ਜਾਪਦਾ ਕਿ ਜਿਹੜਾ ABP ਲੋਕ ਨੀਤੀ ਦਾ ਸਰਵੇ ਆ ਉਹ ਮੈਨੂੰ ਜ਼ਿਆਦਾ ਅਸਲੀਅਤ ਦੇ ਨੇੜੇ ਲੱਗਦਾ ਕਿਉਂਕਿ ਮਾਝੇ ਦੇ ਵਿੱਚ ਕਾਂਗਰਸ ਦਾ ਹੱਥ ਉੱਤੇ ਆ ਇਹ ਕੋਈ ਸ਼ੱਕ ਨਹੀਂ ਦੁਆਬੇ ਚ ਸ਼ਾਇਦ ਅਕਾਲੀ ਦਲ ਉਹਨਾਂ ਦੇ ਨੇੜੇ ਤੇੜੇ ਬਰਾਬਰ ਹੋਵੇ ਤਾਂ ਉਹਦੇ ਚ ਉਹਨਾਂ ਦੋਵਾਂ ਖਿੱਤਿਆਂ ਵਿੱਚ ਕਾਂਗਰਸ ਲੀਡ ਲੈਂਦੀ ਲੱਗਦੀ ਆ ਅਕਾਲੀ ਦਲ ਨਾਲੋਂ ਔਰ ਆਮ ਆਦਮੀ ਪਾਰਟੀ ਉੱਤੇ ਪਛੜਦੀ ਲੱਗਦੀ ਹੈ ਦੋਵਾਂ ਪਾਰਟੀਆਂ ਨਾਲੋਂ ਪਰ ਵੱਡਾ ਚੰਕ ਜਿਹੜਾ ਮਾਲਵੇ ਦਾ ਹੈਗਾ ਉੱਥੇ ਠੀਕ ਹੈ ਕਿ ਸ਼ਾਇਦ ਅਕਾਲੀ ਦਲ ਉੱਥੇ 3 ਨੰਬਰ ਤੇ ਹੋਵੇ ਤੇ ਕਾਂਗਰਸ ਪਾਰਟੀ ਜਿਹੜੀ ਹੈਗੀ ਉਹ ਪਹਿਲੇ ਤੇ ਆਮ ਆਦਮੀ ਪਾਰਟੀ ਉੱਥੇ 2 ਨੰਬਰ ਤੇ ਹੋਵੇ ਪਰ ਜਿਵੇਂ ਦਰਰਾਜ ਜੀ ਨੇ ਕਿਹਾ ਡੇਰਾ ਸੱਚਾ ਸੌਦੇ ਦੀ ਜਿਹੜੀ ਉੱਥੇ ਕਿਸੇ ਵੱਲ ਇੱਕ ਵੱਲ ਝੁਕਣਾ ਉਹਨਾਂ ਨੂੰ ਹਮਾਇਤ ਕਰਨੀ ਉਹ ਬਹੁਤ ਵੱਡਾ ਫੇਰ ਬਦਲ ਕਰੇਗੀ ਜੇ ਉੱਥੇ ਇਹ ਹਮਾਇਤ ਕਾਂਗਰਸ ਪਾਰਟੀ ਦੇ ਹੱਕ 'ਚ ਹੋ ਜਾਂਦੀ ਹੈ ਤਾਂ ਬਹੁਤ ਵੱਡੀ ਇਹਦੀ ਸੰਭਾਵਨਾ ਕਿ ਕਾਂਗਰਸ ਪਾਰਟੀ ਉੱਥੇ ਸਰਕਾਰ ਬਣਾਉਣ ਦੇ ਪੰਜਾਬ 'ਚ ਕਾਮਯਾਬ ਹੋ ਜਾਵੇ ਪਰ ਜੇ ਉਹ ਉੱਥੇ ਅਕਾਲੀ ਦਲ ਵੱਲ ਤੇ BJP ਵੱਲ ਝੁਕਦੇ ਨੇ ਤਾਂ ਉੱਥੇ ਉਹ ਆਮ ਆਦਮੀ ਪਾਰਟੀ ਦੇ ਸਮੀਕਰਨ ਨੂੰ ਖਰਾਬ ਕਰ ਦੇਣਗੇ ਭਾਵੇਂ ਕਾਂਗਰਸ ਪਾਰਟੀ ਫਿਰ ਵੀ ਪੰਜਾਬ 'ਚ ਸਭ ਤੋਂ ਵੱਡੀ ਪਾਰਟੀ ਹੋਣ ਦੇ ਜਿਹੜੇ ਹੈਗੇ ਆਸਾਰ ਨਜ਼ਰ ਆਉਂਦੇ ਨੇ ਪਰ ਜਿਵੇਂ ਇਹਦੇ ਵਿੱਚ ਅਕਾਲੀ ਦਲ ਨੂੰ 28-36 ਤੇ 26-34 ਦੀ ਗੱਲ ਕੀਤੀ ਗਈ ਹੈ ਉਹਦੀ ਸੰਭਾਵਨਾ ਬਣਦੀ ਲੱਗਦੀ ਹੈ ਤੇ ਜੇ ਉਹ ਕਾਂਗਰਸ ਵੱਲ ਜਾਂਦੇ ਨੇ ਤੇ ਉਹ ਸਰਕਾਰ ਬਣਾਉਣ ਦੇ ਲੱਗਦੇ ਨੇ ਤੇ ਫਿਰ ਹੋ ਸਕਦਾ ਹੈ ਇਹ ਜਿਹੜੀ 28-36 ਤੇ 26-34 ਦਾ ਆਮ ਆਦਮੀ ਤੇ ਅਕਾਲੀ ਦਲ ਪਾਰਟੀ ਦਾ ਇਹ ਆਪਸ ਦੇ ਵਿੱਚ ਪਲਟ ਜਾਏ ਹੋ ਸਕਦਾ ਅਕਾਲੀ ਦਲ ਜਿਹੜਾ ਹੈਗਾ ਆਮ ਆਦਮੀ ਪਾਰਟੀ ਤੋਂ ਪਿਛੜਦਾ ਨਜ਼ਰ ਆਵੇ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਆਧਾਰ ਹੈ ਕਿਉਂਕਿ ਉਹ ਜ਼ਿਆਦਾਤਰ ਆਪਣਾ ਆਧਾਰ ਹੈ ਉਹਨੂੰ ਸ਼ਾਇਦ ਡੇਰਾ ਦੀ ਜਿਹੜੀ ਸਪੋਰਟ ਹੈ ਓਨੀ ਪ੍ਰਭਾਵਿਤ ਨਾ ਕਰ ਸਕੇ ਜਿੰਨੀ ਕਾਂਗਰਸ ਨੂੰ ਤੇ ਅਕਾਲੀ ਦਲ ਨੂੰ ਪ੍ਰਭਾਵਿਤ ਕਰੇਗੀ ਉਹਦੇ ਵਿੱਚ ਉਹ ਸਰਵੇ ਬਹੁਤ ਕਲੋਜ਼ ਰਿਜ਼ਲਟ ਤੇ ਸੀਗਾ ਔਰ ਬਹੁਤ ਹੀ ਘੱਟ ਡਿਫਰੈਂਸ ਸੀਗਾ ਉਹਨਾਂ ਦੀ ਸੀਟਾਂ ਦੇ ਵਿੱਚ ਸੋ ਇਸ ਤਰ੍ਹਾਂ ਦੀ ਜਿਹੜੀ ਕ੍ਰੈਡੀਬਿਲਿਟੀ ਉਹ ਸਰਵੇ ਕਮ ਏਜੰਸੀ ਦੀ ਬਣ ਜਾਂਦੀ ਹੈ ਉਹ ਸਾਨੂੰ ਇੱਕ ਫੇਥ ਜਨਰੇਟ ਕਰ ਦਿੰਦੀ ਹੈ ਸਾਡੇ ਦੇ ਵਿੱਚ ਇਸੇ ਕਰਕੇ ਅਸੀਂ ਸ਼ਾਇਦ ਉਹਦੇ ਵਿੱਚ ਉਹਨੂੰ ਦੇਖਦੇ ਹਾਂ ਬੜਾ ਕਲੋਜ਼ਲੀ ਦੇਖਦੇ ਹਾਂ ਬਟ ਤੁਸੀਂ ਬਾਕੀ ਹੋਰ ਸਰਵੇ ਦੇਖੋ ਤਾਂ ਉਹਦੇ ਜੇ ਵੇਰੀਏਸ਼ਨ ਦੇਖੀਏ ਸੀਟਾਂ ਦੇ ਵਿੱਚ ਦੋਨਾਂ ਸਰਵੇ ਨੇ ਜਿਹੜਾ ਆਪਾਂ ਹੁਣ ਡਿਸਕਸ ਕੀਤੇ ਨੇ ਉਹਦੇ ਵਿੱਚ ਕਾਂਗਰਸ ਨੂੰ ਬੜਤ ਦਿਖਾਈ ਗਈ ਹੈ ਔਰ ਜਿਹੜੀ ਬੜਤ ਵੀ ਉਹ 10 ਸੀਟਾਂ ਦੀ ਹੈ ਔਰ ਇਹ ਬਹੁਤ ਜ਼ਿਆਦਾ ਮੈਟਰ ਕਰਦਾ ਕਿ ਉਹ ਸਰਵੇ ਜਿਹੜਾ ਹੈ ਕਦੋਂ ਕੀਤਾ ਗਿਆ ਈਵਨ ਜੇ ਤੁਸੀਂ ਚੱਕ ਦੇ ਟੀਵੀ ਦੀ ਗੱਲ ਕਰ ਰਹੇ ਸੀ ਹੁਣੇ ਕਿ ਉਹ ਸਰਵੇ ਦੇਖੋ ਹਾਲੇ ਕੁਝ ਸਰਵੇ ਤਾਂ ਅਸੀਂ ਕੱਲ ਰਿਲੀਜ਼ ਕਰਨੇ ਆ ਤਾਂ ਜੇ
ਕੱਲ 2 ਤਰੀਕ ਔਰ 4 ਤਰੀਕ ਨੂੰ ਵੋਟਾਂ ਕਿੰਨਾ ক্লোਜ਼ ਅਸੀਂ ਉਸ ਸਰਵੇ ਨੂੰ ਰਿਲੀਜ਼ ਕਰਾਂਗੇ ਆਈ ਥਿੰਕ ਉਹ ਜ਼ਿਆਦਾ ਇਫੈਕਟਿਵ ਔਰ ਬਹੁਤ ਜ਼ਿਆਦਾ ਰਿਜ਼ਲਟਸ ਦੇ ক্লোਜ਼ ਹੋਣ ਦੀ ਉਮੀਦ ਅਸੀਂ ਕਰ ਸਕਦੇ ਹਾਂ ਇਸੇ ਕਰਕੇ ਇਹ ਸਰਵੇ ਦੀ ਕਰਨ ਦੀ ਡੇਟ ਔਰ ਉਸ ਨੂੰ ਰਿਲੀਜ਼ ਕਰਨ ਦੀ ਡੇਟ ਜਿਹੜੀ ਬਹੁਤ ਮੈਟਰ ਕਰਦੀ ਹੈ ਸਰਵੇ ਦਾ ਰਿਜ਼ਲਟ ਕੀ ਹੈ ਉਹ ਤਾਂ ਵੋਟਾਂ ਦਾ ਜੋ ਰਿਜ਼ਲਟ ਆਏਗਾ ਉਹਦੇ ਨਾਲ ਮੈਚ ਕਰਕੇ ਹੀ ਉਹਦੀ ਕ੍ਰੈਡੀਬਿਲਟੀ ਚੈੱਕ ਹੋ ਸਕਦੀ ਹੈ ਲੇਕਿਨ ਜਿਹੜਾ ਅਸੀਂ ਐਕਸਿਸ ਦੇ ਸਰਵੇ ਦੀ ਗੱਲ ਕਰ ਰਹੇ ਹਾਂ ਉਹ ਬਹੁਤ ਕਲੋਜ਼ਲੀ ਵਾਚ ਸਰਵੇ ਸੀਗਾ ਇਸੇ ਕਰਕੇ ਅਸੀਂ ਪੰਜਾਬ ਦਾ ਵੀ ਜਿਹੜਾ ਰਿਜ਼ਲਟ ਐਕਸਪੈਕਟ ਕਰ ਰਹੇ ਹਾਂ ਉਹ ਇਹਦੇ ਬਹੁਤ ਕਲੋਜ਼ ਐਕਸਪੈਕਟ ਕਰ ਰਹੇ ਹਾਂ ਥੋੜੀ ਜਿਹੀ ਮੈਂ ਯੋਗਿੰਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਣ ਦੀ ਕੱਲ ਹੋਈ ਪ੍ਰੈਸ ਕਾਨਫਰੰਸ ਦੀ ਗੱਲ ਕਰਨੀ ਚਾਹੂੰਗਾ ਟਾਈਮ ਘੱਟ ਬਚਿਆ ਵਾ ਤਾਂ ਕਰਕੇ ਮੈਂ ਸਕਿਪ ਕਰ ਰਿਹਾ ਵਾਂ ਕੁਝ ਪਾਰਟ ਪ੍ਰਸ਼ਾਂਤ ਭੂਸ਼ਣ ਤੇ ਯੋਗਿੰਦਰ ਯਾਦਵ ਜਿਨ੍ਹਾਂ ਨੂੰ ਤੁਸੀਂ ਸਾਰੇ ਹੀ ਜਾਣਦੇ ਜੋ ਆਮ ਆਦਮੀ ਪਾਰਟੀ ਤੋਂ ਕੱਢੇ ਹੋਏ ਨੇ ਹੁਣ ਸਵਰਾਜ ਅਭਿਆਨ ਦੇ ਨਾਂ ਨਾਲੋਂ ਇੱਕ ਨਵੀਂ ਪਾਰਟੀ ਚਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਨਾਲ ਹੀ ਦਿੱਲੀ ਇਲੈਕਸ਼ਨ ਚ ਇਹਨਾਂ ਦੀ ਪਾਰਟੀ ਹਿੱਸਾ ਲਏਗੀ ਤੇ ਕਾਫੀ ਐਕਟਿਵ ਨੇ ਦਿੱਲੀ ਦੇ ਵਿੱਚ ਕੱਲ ਦੋਵਾਂ ਨੇ ਇੱਕ ਲੈਟਰ ਜਾਰੀ ਕੀਤਾ ਦੋਵਾਂ ਦੇ ਸਿਗਨੇਚਰ ਸੀ ਅਗੇਨ ਮੈਂ ਦੋਵਾਂ ਦੀ ਕ੍ਰੈਡੀਬਿਲਟੀ ਤੇ ਕੋਈ ਡਾਊਟ ਨਹੀਂ ਕਰ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਨੇ ਕੱਢਿਆ ਸੀ ਤਾਂ ਕਰਕੇ ਮੈਂ ਸ਼ਬਦ ਇਸਤੇਮਾਲ ਕੀਤੇ ਕਿ ਆਮ ਆਦਮੀ ਪਾਰਟੀ ਨੇ ਉਹਨਾਂ ਦੋਵਾਂ ਨੂੰ ਆਪਣੀ ਪਾਰਟੀ ਤੋਂ ਕੱਢਿਆ ਸੀ ਦੋਵਾਂ ਨੇ ਇੱਕ ਲੈਟਰ ਇਸ਼ੂ ਕੀਤਾ ਤੇ ਲੈਟਰ 'ਚ ਲਿਖਿਆ ਵਾ ਕਿ ਪੰਜਾਬ 'ਚ ਹੁਣ ਇਲੈਕਸ਼ਨ ਆ ਰਹੇ ਨੇ ਤਿੰਨ ਆਪਸ਼ਨ ਪੰਜਾਬ ਦੇ ਲੋਕਾਂ ਦੇ ਸਾਹਮਣੇ ਨੇ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਗੱਠਜੋੜ ਕਾਂਗਰਸ ਆਮ ਆਦਮੀ ਪਾਰਟੀ ਲੋਕ ਇਨਸਾਫ਼ ਪਾਰਟੀ ਗੱਠਜੋੜ ਦੋ ਪਾਰਟੀਆਂ ਨੂੰ ਪੁਰਾਣੇ ਚੋਰ ਦੱਸਿਆ ਵਾ ਤੇ ਇੱਕ ਪਾਰਟੀ ਨੂੰ ਨਏ ਠੱਗ ਦੱਸਿਆ ਵਾ ਮੈਂ ਜੇ ਤੁਹਾਨੂੰ ਟੈਕਨੀਕਲੀ ਸਮਝਾਉਣਾ ਚਾਹਾਂ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੂੰ ਪੁਰਾਣੇ ਚੋਰ ਦੱਸਿਆ ਵਾ ਤੇ ਆਮ ਆਦਮੀ ਪਾਰਟੀ ਨੂੰ ਨਏ ਠੱਗ ਦੱਸਿਆ ਵਾ ਦੋਵਾਂ ਪਾਰਟੀਆਂ ਦੀ ਜੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਾਂ ਤੁਸੀਂ ਸਾਰੇ ਜਾਣੂ ਜੋ ਲੈਂਡ ਮਾਫੀਆ ਸੈਂਡ ਮਾਫੀਆ ਕੇਵਲ ਮਾਫੀਆ ਬਾਦਲ ਮਾਫੀਆ ਆਮ ਨੋਟ ਸ਼ੋਰ ਹੋਰ ਕਿੰਨੇ ਮਾਫੀਏਜ਼ ਨੇ ਜੋ ਜਿਹਦੇ ਨਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਐਸੋਸੀਏਟਡ ਨੇ ਮੈਨੂੰ ਨਹੀਂ ਪਤਾ ਸਹੀ ਨੇ ਜਾਂ ਗਲਤ ਨੇ ਪਰ ਹਾਂ ਜਦੋਂ ਇੰਨੇ ਇਲਜ਼ਾਮ ਲੱਗ ਰਹੇ ਹੋਣ ਤੇ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਪੀੜੀ ਥੱਲੇ ਜ਼ਰੂਰ ਝਾਕ ਲੈਣਾ ਚਾਹੀਦਾ ਜੇ ਕਾਂਗਰਸ ਦੀ ਗੱਲ ਕਰੀਏ ਚਾਹੇ ਕੈਪਟਨ ਅਮਰਿੰਦਰ ਸਿੰਘ ਜਿੰਨੀਆਂ ਮਰਜ਼ੀਆਂ ਗੱਲਾਂ ਕਰਦੇ ਹੋਣ ਪਰ 2007 ਦੇ ਵਿੱਚ ਜੇ ਕੈਪਟਨ ਅਮਰਿੰਦਰ ਸਿੰਘ ਦੀ ਐਡਮਿਨਿਸਟ੍ਰੇਸ਼ਨ ਇੰਨੀ ਵਧੀਆ ਹੁੰਦੀ ਇੰਨਾ ਵਧੀਆ ਰਾਜ ਦਿੱਤਾ ਹੁੰਦਾ ਤੇ 2007 ਦੇ ਵਿੱਚ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨਹੀਂ ਹਾਰਦੀ 2007 ਤੇ ਹਾਰਨ ਤੋਂ ਬਾਅਦ ਹੀ ਅਕਾਲੀਆਂ ਦਾ 10 ਸਾਲ ਦਾ ਸ਼ਾਸਨ ਚੱਲਿਆ ਵਾ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਜੋ ਪਾਰਟੀ ਬੜੀਆਂ ਵੱਡੀਆਂ ਗੱਲਾਂ ਕਰਕੇ ਆਈ ਸੀ ਪਰ ਆਪਣੀ ਹਰ ਗੱਲ ਤੋਂ ਅੱਜ ਪਾਰਟੀ ਬਦਲ ਚੁੱਕੀ ਆ ਸਿਰਫ ਤੇ ਸਿਰਫ ਜਿੱਤ ਦੀ ਰਾਜਨੀਤੀ ਮੈਂ ਫਿਰ ਤੋਂ ਰਿਪੀਟ ਕਰਦਾ ਜਦੋਂ ਮੈਂ ਜਿੱਤ ਦੀ ਰਾਜਨੀਤੀ ਕਹਿਣ ਡਿਆ ਵਾਂ ਆਮ ਆਦਮੀ ਪਾਰਟੀ ਦਾ ਸਿਰਫ ਇੱਕੋ ਮੋਟਿਵ ਆ ਅਸੀਂ ਇਲੈਕਸ਼ਨ ਜਿੱਤਣੀ ਆ ਜਿਹੜੇ ਮਰਜ਼ੀ ਹੱਦ ਤੱਕ ਜਾਈਏ ਜੋ ਮਰਜ਼ੀ ਰਾਜੀਨਾਮੇ ਕਰੀਏ ਸਿਰਫ ਤੇ ਸਿਰਫ ਜਿੱਤ ਦੀ ਰਾਜਨੀਤੀ ਕਹਿਣ ਨੂੰ ਆਮ ਆਦਮੀ ਪਾਰਟੀ ਦੇ ਸਪੋਰਟਰ ਅਰਵਿੰਦ ਕੇਜਰੀਵਾਲ ਸੰਜੇ ਸਿੰਘ ਜਾਂ ਫਿਰ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਜੋ ਮਰਜ਼ੀ ਕਹੀ ਜਾਣ ਮੇਰੇ ਜੋ ਆਪਣੀ ਅੰਡਰਸਟੈਂਡਿੰਗ ਆ ਜਾਂ ਮੇਰੇ ਆਪਣੇ ਜੋ ਖਿਆਲ ਹੈ ਆਮ ਆਦਮੀ ਪਾਰਟੀ ਨੂੰ ਮੈਂ ਪਰਸਨਲੀ ਅਕਾਲੀ ਦਲ ਤੇ ਕਾਂਗਰਸ ਤੋਂ ਵੀ ਸ਼ਾਇਦ ਬਰਾਬਰ ਵੀ ਨਹੀਂ ਥੱਲੇ ਰੱਖ ਕੇ ਦੇਖੂੰਗਾ ਕਿਉਂਕਿ ਅਕਾਲੀ ਦਲ ਅਤੇ ਕਾਂਗਰਸ ਜੇ ਕਾਂਗਰਸ ਦੀ ਗੱਲ ਕਰੀ ਦੇ ਹੈਵੇ ਹਾਈ ਕਮਾਂਡ ਥੋੜਾ ਬਹੁਤ ਰਾਹੁਲ ਗਾਂਧੀ ਜਾਂ ਸੋਨੀਆ ਗਾਂਧੀ ਆ ਤਾਂ ਉਹਨਾਂ ਨੂੰ ਕੋਆਰਡੀਨੇਟ ਕਰਨਾ ਪੈਂਦਾ ਵਾ ਜੇ ਅਕਾਲੀ ਦਲ ਦੀ ਵੀ ਗੱਲ ਕਰੀਏ ਕਿਤੇ ਨਾ ਕਿਤੇ ਬੀਜੇਪੀ ਨਾਲ ਵੀ ਉਹਨਾਂ ਨੂੰ ਕੋਆਰਡੀਨੇਟ ਕਰਨਾ ਪੈਂਦਾ ਪਰ ਇੱਕ ਆਮ ਆਦਮੀ ਪਾਰਟੀ ਐਸੀ ਪਾਰਟੀ ਹੈ ਜਿਹਨੂੰ ਅੱਜ ਦੀ ਡੇਟ 'ਚ ਕਿਸੇ ਨਾਲ ਕੋਆਰਡੀਨੇਟ ਨਹੀਂ ਕਰਨਾ ਪੈ ਰਿਹਾ ਤੇ ਅਰਵਿੰਦ ਕੇਜਰੀਵਾਲ ਇੱਕ ਡਿਕਟੇਟਰ ਵਾਲੀ ਰਾਜਨੀਤਿਕ ਰਣਨੀਤਿਕ ਪੰਜਾਬ ਚਲਾ ਰਹੇ ਨੇ ਤਿੰਨ ਆਪਸ਼ਨ ਨੇ ਐਸ ਪਰ ਯੋਗਿੰਦਰ ਯਾਦਵ ਪ੍ਰਸ਼ਾਂਤ ਭੂਸ਼ਣ ਤੇ ਉਹਨਾਂ ਦੋਵਾਂ ਦਾ ਇੱਕ ਪੰਜਾਬ ਦੇ ਵੋਟਰਸ ਨੂੰ ਬੇਨਤੀ ਆ ਕਿਉਂਕਿ ਦੋਵਾਂ ਦੇ ਕਹਿਣਾ ਹੈ ਕਿ ਉਹ ਪੰਜਾਬ ਦੇ ਨਾਲ ਐਸੋਸੀਏਟਡ ਰਹੇ ਨੇ ਖਾਲਸਾ ਯੂਨੀਵਰਸਿਟੀ 'ਚ ਪੜ੍ਹੇ ਨੇ ਮੇਰੇ ਕੋਲ ਉਹ ਡਿਟੇਲ ਮਿਸ ਹੋ ਗਈ ਆ ਨਹੀਂ ਤਾਂ ਮੈਂ ਤੁਹਾਨੂੰ ਪੜ੍ਹ ਕੇ ਦੱਸ ਦਿੰਦਾ ਕਿ ਯੋਗਿੰਦਰ ਯਾਦਵ ਐਂਡ ਪ੍ਰਸ਼ਾਂਤ ਭੂਸ਼ਣ ਸੋਰੀ ਆਈ ਥਿੰਕ ਯੋਗਿੰਦਰ ਯਾਦਵ ਖਾਲਸਾ ਯੂਨੀਵਰਸਿਟੀ 'ਚ ਪੜ੍ਹੇ ਨੇ ਤੇ ਪ੍ਰਸ਼ਾਂਤ ਭੂਸ਼ਣ ਦੀ ਫੈਮਿਲੀ ਇੱਕ ਸਿੱਖ ਫੈਮਿਲੀ ਪ੍ਰਸ਼ਾਂਤ ਭੂਸ਼ਣ ਦੀ ਸ਼ਾਦੀ ਜਾਂ ਵਿਆਹ ਇੱਕ ਸਿੱਖ ਫੈਮਿਲੀ 'ਚ ਹੋਇਆ ਵਾ ਸਮ ਹਾਊ ਦੇ ਸੇ ਕਿ ਵੀ ਆਰ ਐਸੋਸੀਏਟਡ ਵਿਦ ਪੰਜਾਬ ਤੇ ਅਸੀਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਜੇ ਤੁਸੀਂ ਇਹਨਾਂ ਤਿੰਨਾਂ ਪਾਰਟੀਆਂ ਨੂੰ ਚੁਣਨਾ ਵਾ ਤੇ ਇਹਨਾਂ ਤਿੰਨਾਂ ਪਾਰਟੀਆਂ ਨੂੰ ਨਾ ਚੁਣੋ ਦੂਜੀ ਆਪਸ਼ਨ ਜੋ ਤੁਹਾਡੇ ਵਾਸਤੇ ਅਵੇਲੇਬਲ ਆ ਉਹਨੂੰ ਵੋਟ ਪਾਓ ਚਾਹੇ ਆਪਣਾ ਪੰਜਾਬ ਪਾਰਟੀ ਸੁੱਚਾ ਸਿੰਘ ਛੋਟੇਪੁਰ ਦੀ ਹੋਵੇ ਚਾਹੇ ਡਾਕਟਰ ਗਾਂਧੀ ਵਾਲਾ ਫਰੰਟ ਹੋਵੇ ਚਾਹੇ ਇੰਡੀਪੈਂਡੈਂਟ ਕੈਂਡੀਡੇਟ ਹੋਵੇ ਕੈਂਡੀਡੇਟ ਵੇਖ ਕੇ ਵੋਟ ਪਾਓ ਮੇ ਬੀ ਤੁਸੀਂ ਚੇਂਜ ਨਹੀਂ ਲਿਆ ਪਾਓਗੇ ਪਰ ਇੱਕ ਮੈਸੇਜ ਸਾਰੀਆਂ ਪਾਰਟੀਆਂ ਵਾਸਤੇ ਭੇਜ ਪਾਓਗੇ ਜੇ ਮੇਰਾ ਕੋਈ ਸਾਥੀ ਕਮੈਂਟ ਕਰਨਾ ਚਾਹੁੰਦਾ ਹੋਵੇ ਹਾਂ
महारत है खास करके योगिंद्र यादव होना पर यह भी एक सच्चाई है कि आम आदमी पार्टी प्रति जिस तरीके ने टपला खादा उसे तो यह भी साबित हो गया कि बाहर बैठ के एनालाइज करना जिन्ना आसान होता जो तुम किसी पार्टी के नाल जुड़ जाते हो थोड़ा किस हद तक उसे टपले खाने जोगिंद्र यादव के इतिहास में इस तरीके दे भी देख सकते हैं। मैनू याद है जो हाले कला दूरदर्शन होंदा सी प्राइवेट चैनलों का इन्ना दबदबा नहीं सी जोगिंद्र यादव उन्होंने पोलिटिकल एनालाइज करने वाले लोगों च गिने जाते जिन्हों की कही हुई गल में काफ़ी वेट दिता जाता सी हालांकि वह उम्र के लिहाज न उदो बहुत नौजवान सन अज के मुकाबले। अगली गल मैं जी कहनी चाहना ये बिल्कुल सच्ची गल है कि पंजाब दे विच दो चोरों तो बाद तीजे ठग बारे जो उन्होंने शब्द वरते ने तो बहुत क्लीयर शब्द वरते ने क्योंकि जे असी आम आदमी पार्टी के शब्दों च कहना हो ट्रिपल सी के लिहाज नाल कांग्रेस नूं ते श्रोमणी अकाली दल ते भाजपा नूं असी बिल्कुल ट्रिपल सी के लिहाज नाल ये कह सकते हैं कि ये किसी भी तरीके नाल इहदे विच पास नहीं होंगे। जे आम आदमी पार्टी की गल करिए तो उत्थे मैनूं ये कहना चाहिए कि ट्रिपल सी शब्द के नाल सानूं ट्रिपल सी दे विच ना प्लस सी जोड़ लेना चाहिए जिहदा अर्थ यह होवे कि कमांड ऑफ केजरीवाल क्योंकि पंजाब दे विच करप्ट उहो है जिन्हों केजरीवाल कहे पंजाब ऑनैसट वो है जिन्हों केजरीवाल कहे जिन्हों वो टिकट देंगे वह करप्ट नहीं होएगा। केजरीवाल ने इस तरह की सिचुएशन पंजाब पैदा की है। दूसरी गल मैं ये कहनी चाहवागा कि पंजाब जिस तरीके दे नाल टक्कर चल रही है जे मैं उन्हां सर्वे छड देव जिहड़े सर्वे ये सानू दसदे ने कि आम आदमी पार्टी जेतू हो सकती है बाकी दे सारे सर्वे इस तरीके दे नाल पेश हुंदे ने कि मालवा एक चीज़ है तो माझा दुआबा एक अलग चीज़ है। मालवा खेत्र दे विच आम आदमी पार्टी का काफ़ी दबदबा वा मैं कहूँगा तकोनी टक्कर है दबदबा शब्द शायद बहुत गलत हो बहुत हद तक तकोनी टक्कर है पर माझे तो दुआबे दे विच इदां दी पोजीशन नहीं आ पर मालवे दे विच भी असीं जदों अगे आवांगे पटियाले तो असीं फतेहगढ़ साहब जां अगे मोहाली रोपड़ वल नूं तुरदे तुरदे अगे जावांगे दुआबे वाले पासे नूं मालवा भी एक बदली हुई पोजीशन दे विच नजर आउंदा इसे आधार दे उत्ते कांग्रेस दे वड्डी पार्टी बनन दीआं संभावनावां ज्यादा वध जांदीआं ने और अकाली दल दे उहदे नाल पछड़ जाण दीआं संभावनावां भी ज्यादा वध जांदीआं ने। मैनूं लगदा कि पंजाब दे लोक सचमुच जिवें केजरीवाल साहब ने भी तरीके नाल अपनियां गल्लां कीतीआं ने जिवें बाकी लोक भी कर रहे ने ते हुण जिवें दोनों आम आदमी पार्टी के सबका नेता जिन्हां ने एक नवां ग्रुप बना रख्या उन्होंने जे एक गल कीती है कि तिना ठगा दो चोर से तीजे ठग न चुन की बजाय चौथी ऑप्शन लो तो बहुत सही गल यह हैगी कि वो ये नहीं कह जा रहे कि तुम सरकार बदलन जा रहे हो वो सिर्फ यही कह जा रहे हो कि तुम चौथे को वोट पा के जोड़ा भी थानू पसंद है तुम ये साबित करने की कोशिश कर रहे हो कि तुम इन्हों ना पसंद करते हो बाकी तिना और मैं समझना यह एक तरह नोटा चूर लाने वर्गी गल है कि सानू इन्हां तिन्नां चों कोई पसंद नहीं है जिन्हां नूं नोटा नहीं पसंद वह किसी चौथे नूं चुन सकदे नहीं है जिवें नोटा वाले नूं पता कि असीं सरकार नहीं चुन जा रहे उदां ही चौथे वोट वाले भी असीं जिताउण नहीं जा रहे असीं सिर्फ अपना रिएक्ट पेश कर रहे हां इन्हां तिन्नां दे खिलाफ पंजाब दा रिएक्ट जिन्ना अच्छा आवे उह मैं समझदा पंजाब लई स्वागत योग्य होवेगा। एक अखीर च जो उन्होंने गल की मैनूं बहुत वधिया लगी कि जिहड़ी बदलाव की हवा वा वह पंजाब शुरू हो चुकी आ चुनाव या ये इलैक्शन आखिरी आखिरी तुसी कह सकते जो मुकाम या आखिरी स्टैप नहीं आ इस चेंज का इस चेंज तो बाद इस चुनाव तो बाद इस चुनाव तो बाद भावें चेंज आवे या ना आवे पर जिहड़ी वह चेंज की हवा वा वह जरूर चलती रहूगी तो सानू यह नहीं सोचना चाहिए कि यह चुनाव ही बदल दी लास्ट स्टैप आ क्योंकि जड़ियां तिने पार्टियां पंजाब दी इस रेस विच आ मैं आप इन्हां दी दोवां दी इस गल तो एग्री करदा वा वह तिने बदल नहीं है ना ही कांग्रेस आ ना ही आम आदमी पार्टी आ
एट द मोमेंट शायद आने वाली 11 मार्च नूं कांग्रेस या आम आदमी पार्टी या फिर श्रोमणी अकाली दल तीनों चो एक पार्टी बहुमत लेके सरकार बना जे या मिली जुड़ी सरकार बना जे या हंग असेंबली आवे वो अड गल आ पर ये तिने पार्टियां चेंज नहीं आ जे सानू चेंज चाहिदी आ सानू सोच बदलनी चाहे पऊगी ते यही लास्ट आई थिंक मेरा या जोगिंदर यादव या प्रशांत भूषण का मैसेज सी कि सानू अपनी सोच बदलनी पऊगी आम आदमी पार्टी कांग्रेस अते श्रोमणी अकाली दल बीजेपी कोई भी चेंज नहीं आ। हरप्रीत जी बिल्कुल ये तो देखने वाली गल है और स्पष्ट नजर आ रहा है कि पंजाब दे विच भी ते पंजाब तो बाहर भी वोटर जिहड़ा हैगा ਉਹ ਇਸ ਗੱਲ ਨੂੰ ਤੇ ਸਮਝਣ ਲੱਗ ਗਿਆ ਕਿ ਸਾਡੀ ਅਹਿਮੀਅਤ ਹੈ। ਅਸੀਂ ਨੇਤਾਵਾਂ ਨੂੰ ਸਵਾਲ ਪੁੱਛ ਸਕਦੇ ਹਾਂ, ਅਸੀਂ ਨੇਤਾਵਾਂ ਨੂੰ ਖੜ ਕੇ ਸਾਡੀ ਗੱਲ ਦਾ ਜਵਾਬ ਦੇਣ ਵਾਸਤੇ ਮਜਬੂਰ ਕਰ ਸਕਦੇ ਹਾਂ। ਇਹ ਠੀਕ ਹੈ ਕਿਉਂਕਿ ਤਿੰਨਾਂ ਪਾਰਟੀਆਂ ਕੋਲ ਜਥੇਬੰਦਕ ਢਾਂਚਾ ਔਰ ਜਿਹੜੇ ਹੈਗੇ ਮਾਇਕ ਸਾਧਨ ਹੋਣ ਕਰਕੇ ਤਿੰਨੇ ਪਾਰਟੀਆਂ ਖੁੱਲ੍ਹ ਕੇ ਚੋਣ ਲੜ ਰਹੀਆਂ ਨੇ। ਚੌਥੀ ਧਿਰ ਜਿਹੜੀ ਹੈਗੀ ਉਹ ਜਿਹੜੀ ਉਹਨਾਂ ਕੋਲ ਇੰਨੇ ਸਾਧਨ ਵੀ ਹੈ ਨਹੀਂ, ਜਥੇਬੰਦਕ ਢਾਂਚਾ ਨਹੀਂ, ਉਹ ਚੋਣ ਨਹੀਂ ਲੜ ਰਹੇ। ਔਰ ਮੈਂ ਇਹ ਵੀ ਕੋਈ ਦਾਅਵਾ ਨਹੀਂ ਕਰ ਸਕਦਾ ਕਿ ਜਿਹੜੇ ਚੌਥੇ ਥਾਂ ਤੇ ਲੀਡਰ ਖੜੇ ਨੇ ਉਹ ਵਾਕਈ ਜੇ ਉਹਨਾਂ ਨੂੰ ਮੌਕਾ ਮਿਲ ਜਾਵੇ ਤਾਂ ਦੂਜੀਆਂ ਪਾਰਟੀਆਂ ਨਾਲੋਂ ਬਹੁਤ ਹੀ ਵੱਖਰੇ ਜਿਹੜੇ ਹੈਗੇ ਉਹ ਲੀਡਰ ਹੋਣ ਦਾ ਕੋਈ ਸਬੂਤ ਦੇ ਸਕਣਗੇ। ਅਸਲ ਜਿਹੜੀ ਗੱਲ ਸਵਾਗਤ ਕਰਨ ਯੋਗ ਹੈ ਕਿ ਲੋਕ ਆਪਣੀ ਕੀਮਤ, ਆਪਣੀ ਅਹਿਮੀਅਤ, ਆਪਣੀ ਪਾਵਰ ਔਰ ਆਪਣੇ ਹੱਕਾਂ ਬਾਰੇ ਜਾਗਰੂਕ ਹੁੰਦੇ ਜਾ ਰਹੇ ਨੇ। ਭਾਵੇਂ ਅਜੇ ਵੀ ਆਪਾਂ ਨੂੰ ਵੇਖਣ ਨੂੰ ਮਿਲ ਜਾਂਦਾ ਹੈ ਕਿ ਉਹ ਉਲਾਰ ਹੋ ਸਕਦੇ ਨੇ ਕਿਸੇ ਪਾਰਟੀ ਵੱਲ, ਉਹ ਕਿਸੇ ਪਾਰਟੀ ਦੇ ਨਾਲ ਅੱਖਾਂ ਮੀਚ ਕੇ ਵੀ ਸਪੋਰਟ ਕਰਨ ਨੂੰ ਤਿਆਰ ਹੋ ਸਕਦੇ ਨੇ, ਪਰ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਲੋਕ ਜਾਗ ਰਹੇ ਨੇ ਤੇ ਇਹੀ ਲੋਕ ਜਾਗਦਾ ਹੈ। ਇਹ ਵੱਡੀ ਚੇਂਜ ਹੈ। ਕੋਈ ਇੱਕ ਪਾਰਟੀ ਜੇ ਕਹਿੰਦੀ ਹੈ ਕਿ ਉਹ ਚੇਂਜ ਨੇ, ਉਹ ਚੇਂਜ ਨਹੀਂ ਹੈਗੀ। ਲੋਕਾਂ 'ਚ ਜਿਹੜੀ ਇੱਕ ਜਾਗਰੂਕਤਾ ਦੀ ਚਿਣਗ ਜਿਹੜੀ ਨਜ਼ਰ ਆ ਰਹੀ ਆ, ਅਸਲ ਚੇਂਜ ਜਿਹੜੀ ਹੈਗੀ ਉਹ ਹੈ ਔਰ ਉਹ ਸਵਾਗਤ ਜੀ ਜੋ ਹੋ ਗਿਆ। ਹਰਪ੍ਰੀਤ ਜੀ ਜੇ ਲੈਟਰ ਦੇ ਰੈਫਰੈਂਸ ਤੇ ਮੈਂ ਜੇ ਗੱਲ ਕਰਾਂ ਤਾਂ ਲੈਟਰ ਮੈਨੂੰ ਜੋ ਪਰਸਨਲ ਲੱਗਦੀ ਹੈ, ਮੈਂ ਕੱਲ ਪੜ੍ਹ ਰਿਹਾ ਸੀਗਾ, ਲੋਕਾਂ ਨੂੰ ਦੁਬਾਰਾ ਤੋਂ ਕਨਫਿਊਜ਼ ਕਰ ਦਿੱਤਾ ਗਿਆ ਹੈ। ਔਰ ਕਨਫਿਊਜ਼ ਇਸ ਕਰਕੇ ਕਿਉਂਕਿ ਠੀਕ ਹੈ, ਨੋ ਡਾਊਟ ਦੋ ਪਾਰਟੀਆਂ ਔਰ ਤੀਜੀ ਪਾਰਟੀ ਵੀ ਬਦਲ ਨਹੀਂ ਹੈ ਪੰਜਾਬ ਵਾਸਤੇ, ਪਰ ਪੰਜਾਬ ਇਸ ਵਾਸਤੇ ਵੀ ਤਿਆਰ ਨਹੀਂ ਹੈ ਕਿ ਉਹ ਇਸ ਤਰ੍ਹਾਂ ਦੀ ਸਿਲੈਕਸ਼ਨ ਕਰੇ ਕਿ ਜਿਹਦੇ ਨਾਲ ਹੰਗ ਅਸੈਂਬਲੀ ਆਵੇ ਔਰ ਦੁਬਾਰਾ ਫਿਰ ਇਲੈਕਸ਼ਨ ਹੋਣ ਔਰ ਜਿਹੜੀ ਉਹ ਕੋਸਟ ਹੈ ਉਹ ਪੰਜਾਬ ਦੇ ਉੱਤੇ ਪਵੇ ਜਾਂ ਸਾਡੀ ਇਕਾਨਮੀ ਦੇ ਉੱਪਰ ਪਵੇ। ਇਹ ਵੀ ਚੀਜ਼ ਜਿਹੜੀ ਬਹੁਤ ਸੋਚਣ ਵਾਲੀ ਹੈ ਕਿਉਂਕਿ ਪੰਜਾਬ ਦੇ ਕੋਲ ਇੰਨਾ ਕੁਛ ਹੈ ਨਹੀਂ ਕਿ ਉਹ ਵਾਰ ਵਾਰ ਇਲੈਕਸ਼ਨ ਨੂੰ ਸਹਿ ਸਕੇ ਔਰ ਵਾਰ ਵਾਰ ਇਹੀ ਚੀਜ਼ ਲੈ ਸਕੇ। ਨੋ ਡਾਊਟ ਸਾਨੂੰ ਇੱਕ ਬਦਲ ਚਾਹੀਦਾ ਹੈ ਜਿਹੜਾ ਕਿ ਪੰਜਾਬ ਦੇ ਹਿੱਤਾਂ ਦੀ ਗੱਲ ਕਰੇ, ਪਰ ਇਸ ਟਾਈਮ ਤੇ ਉਹਨਾਂ ਨੇ ਜਿਹੜੀ ਲੈਟਰ ਜਾਰੀ ਕਰਕੇ ਇੱਕ ਦੁਬਾਰਾ ਤੋਂ ਜਿਹੜੇ ਕਿ ਲੋਕਾਂ ਨੇ ਕੁਛ ਹੱਦ ਤੱਕ ਕੁਛ ਪਰਸੈਂਟੇਜ ਮਨ ਬਣਾ ਲਿਆ ਸੀਗਾ ਕਿਸ ਪਾਰਟੀ ਵੱਲ ਜਾਣਾ ਹੈ ਜਾਂ ਉਹਨਾਂ ਨੇ ਨੋਟਾ ਅਡੋਪਟ ਕਰਨਾ ਹੈ, ਉਹਨਾਂ ਲਈ ਫਿਰ ਦੁਬਾਰਾ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਉਹ ਥਰਡ ਫਰੰਟ ਆਇਆ ਜਾਂ ਗਾਂਧੀ ਸਾਹਿਬ ਹੈ ਜਾਂ ਛੋਟੇਪੁਰ ਸਾਹਿਬ ਹੈ, ਏਦਾਂ ਦੀ ਕੁਛ ਪਾਰਟੀਆਂ ਨਾਲ ਮਿਲ ਕੇ ਜਾਂ ਉਹਨਾਂ ਨੂੰ ਆਪਣਾ ਡਿਸੀਜਨ ਦੇ ਕੇ ਉਹਨਾਂ ਨੂੰ ਇਲੈਕਟ ਕਰਨ ਲਈ ਆਪਣੇ ਮਨ ਚਾਹੇ ਕੈਂਡੀਡੇਟ ਨੂੰ ਇਲੈਕਟ ਕਰਨ। ਪਰ ਕਿਤੇ ਨਾ ਕਿਤੇ ਇਹ ਵੀ ਜ਼ਰੂਰ ਸੋਚਣ ਵਾਲੀ ਗੱਲ ਹੈ ਕਿ ਪੰਜਾਬ ਜਿਹੜਾ ਜਾਂ ਪੰਜਾਬ ਦੇ ਲੋਕ ਹੈ ਜਾਂ ਪੰਜਾਬ ਦੀ ਜਿਹੜੀ ਇਕਾਨਮੀ ਹੈ ਉਹ ਹਲੇ ਤਿਆਰ ਨਹੀਂ ਹੈ ਵਾਰ ਵਾਰ ਇਲੈਕਸ਼ਨ ਲਈ। ਇਸ ਕਰਕੇ ਸ਼ਾਇਦ ਮੇਰੇ ਹਿਸਾਬ ਨਾਲ ਜਿਹੜੀ ਇਹ ਲੈਟਰ ਆਈ ਹੈ ਇਹ ਲੋਕਾਂ ਨੂੰ ਥੋੜਾ ਕਨਫਿਊਜ਼ ਕਰ ਦਿੱਤਾ ਇਸ ਲੈਟਰ। ਚਲਰਾਜ ਜੀ ਹੈਲੋ, ਸਰਦੀਪ ਜੀ ਪਲੀਜ਼ ਗੋ ਅਹੈਡ, ਜਾਂ ਦਿਲਰਾਜ ਜੀ, ਐਨੀਵਨ ਪਲੀਜ਼। ਹਰਪ੍ਰੀਤ ਜੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਜਿਸ ਕਿਸਮ ਦੀ ਹਵਾ ਆਮ ਆਦਮੀ ਪਾਰਟੀ ਨੇ ਪੈਦਾ ਕੀਤੀ ਸੀ, ਜਿਹਨੂੰ ਅਸੀਂ ਕਹਿ ਸਕਦੇ ਕਿ ਉਹਨਾਂ ਨੇ ਇੱਕ ਹਵਾ ਪੈਦਾ ਕੀਤੀ ਸੀ ਕਿ ਪੰਜਾਬ ਕਿਸੇ ਪਰਿਵਰਤਨ ਦੀ ਤਲਾਸ਼ ਵਿੱਚ ਹੈ, ਪੰਜਾਬ ਤਬਦੀਲੀ ਦੀ ਤਲਾਸ਼ ਵਿੱਚ ਹੈ, ਪੰਜਾਬ ਕਿਸੇ ਤੀਜੇ ਬਦਲ ਦੀ ਤਲਾਸ਼ ਵਿੱਚ ਹੈ। ਪਰ ਆਮ ਆਦਮੀ ਪਾਰਟੀ ਖੁਦ ਇੰਨੀਆਂ ਕੁ ਗਲਤੀਆਂ ਕਰ ਚੁੱਕੀ ਹੈ ਕਿ ਉਹਦੇ ਤੋਂ ਬਾਅਦ ਅਸੀਂ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਪੰਜਾਬ ਦੇ ਵਿੱਚ ਤਬਦੀਲੀ ਦੀ ਹਵਾ ਦੇ ਬਾਵਜੂਦ ਪੰਜਾਬ ਇਸ ਪੋਜੀਸ਼ਨ ਨੂੰ ਪਹੁੰਚ ਚੁੱਕਾ ਕਿ ਉਹ ਕੋਈ ਤਬਦੀਲੀ ਨਹੀਂ ਕਰਨ ਜਾ ਰਿਹਾ। ਔਰ ਅੱਜ ਦੀ ਤਰੀਕ ਦੇ ਵਿੱਚ ਪੰਜਾਬ ਦੀ ਤਬਦੀਲੀ ਹੋਣ ਦਾ ਸਾਈਨ ਇਹੀ ਹੈ ਕਿ ਇਹਨਾਂ ਤਿੰਨਾਂ ਪਾਰਟੀਆਂ ਨੂੰ ਕਿੰਨੇ ਲੋਕ ਰੱਦ ਕਰਦੇ ਨੇ, ਪਰ ਉਹਦੇ ਵਿੱਚ ਵੀ ਅੱਗੇ ਇੱਕ ਬਹੁਤ ਵੱਡਾ ਮਸਲਾ ਰਹੇਗਾ ਕਿ ਕਿੰਨੇ ਲੋਕ ਨੇ ਜਿਹੜੇ ਇਹਨੂੰ ਤਿੰਨਾਂ ਨੂੰ ਰੱਦ ਕਰਦੇ ਹੋਏ ਸ਼੍ਰੋਮਣੀ
ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਨੂੰ ਸਪੋਰਟ ਕਰਨਗੇ, ਕਿੰਨੇ ਸੁੱਚਾ ਸਿੰਘ ਛੋਟੇਪੁਰ ਦੇ ਗਰੁੱਪ ਨੂੰ ਸਪੋਰਟ ਕਰਨਗੇ, ਕਿੰਨੇ ਲੋਕ ਹੋਣਗੇ ਜਿਹੜੇ ਰਣਵੀਰ ਦਲ ਦੇ ਸਪੋਰਟਰ ਜਿਹੜੇ ਜਿਹਨਾਂ ਨੂੰ ਸਪੋਰਟ ਕਰ ਰਹੇ ਨੇ ਉਹਨਾਂ ਕੈਂਡੀਡੇਟ ਨੂੰ ਸਪੋਰਟ ਕਰਨਗੇ, ਔਰ ਹੋਣਗੇ ਜਿਹੜੇ ਲੈਫਟ ਦੀਆਂ ਅਲੱਗ ਅਲੱਗ ਪਾਰਟੀਆਂ ਵੱਲੋਂ ਖੜੇ ਕੀਤੇ ਗਏ ਲੋਕਾਂ ਨੂੰ ਸਪੋਰਟ ਕਰਨਗੇ, ਜੇ ਅਸੀਂ ਉਹਨਾਂ ਸਾਰਿਆਂ ਨੂੰ ਰਲਾ ਕੇ ਇੱਕ ਗੱਲ ਤਾਂ ਸਾਂਝੀ ਮੰਨ ਲਵਾਂਗੇ, ਉਹ ਇਹਨਾਂ ਤਿੰਨਾਂ ਦੇ ਖਿਲਾਫ ਹੈਗੀ, ਉਹ ਸਾਰੀਆਂ ਪਾਰਟੀਆਂ ਨੂੰ ਮਿਲੇ ਹੋਏ ਵੋਟ ਨੂੰ ਵੀ ਕੀ ਅਸੀਂ ਪੰਜਾਬ ਦੇ ਲਈ ਆਜ਼ਾਦੀ ਦੀ ਔਰ ਪੰਜਾਬ ਦੇ ਲਈ ਕਰਪਸ਼ਨ ਰਹਿਤ ਜਿਹੜੀ ਪੋਲੀਟਿਕਸ ਦੀ ਪੋਲੀਟਿਕਸ, ਇਹ ਵੀ ਆਪਣੇ ਆਪ ਦੇ ਵਿੱਚ ਕਾਫੀ ਬਹੁਤ ਵੱਡੀ ਗੱਲ ਹੋਏਗੀ ਆਉਣ ਵਾਲੇ ਸਮੇਂ ਦੇ ਵਿੱਚ। ਔਰ ਮੈਂ ਬਹੁਤ ਇਮਾਨਦਾਰੀ ਨਾਲ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਜਿਹੜੀ ਹਵਾ ਪੈਦਾ ਕੀਤੀ ਸੀ ਤਬਦੀਲੀ ਦੀ, ਉਹ ਹਵਾ ਇੱਥੇ ਪਹੁੰਚ ਪਹੁੰਚ ਚੁੱਕੀ ਹੈ ਤੇ ਹੁਣ ਪੰਜਾਬ ਕੋਲ ਬਹੁਤ ਵੱਡੀ ਤਬਦੀਲੀ ਕਰਦਾ ਹੋਇਆ ਨਜ਼ਰ ਨਹੀਂ ਆ ਰਿਹਾ। ਥੈਂਕ ਯੂ ਸੁਖਦੀਪ ਜੀ, ਥੈਂਕ ਯੂ ਅਜੀਤ ਜੀ, ਥੈਂਕ ਯੂ ਸੀਪੀ ਸਿੰਘ ਜੀ, ਆਮ ਨੋਟ ਸ਼ੋਰ ਇਫ ਦਿਲਰਾਜ ਸਿੰਘ ਜੀ ਦੀ ਲਾਈਨ ਜੁੜੀ ਹੋਈ ਹੈ, ਬਟ ਸਟਿਲ ਥੈਂਕ ਯੂ ਐਂਡ ਥੈਂਕ ਯੂ ਫਾਰ ਵਾਚਿੰਗ ਅਸ ਟੁਨਾਈਟ। ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਅੱਜ ਦੀ ਕੋਸ਼ਿਸ਼ ਪਸੰਦ ਆਈ ਹੋਊਗੀ, ਕੱਲ 7 ਵਜੇ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। 2 ਘੰਟੇ ਜਿੱਦਾਂ ਕਿ ਸੋਮਵਾਰ ਨੂੰ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿੱਤੀ ਸੀ ਕਿ ਸਾਰੀ ਵੀਕ ਅਸੀਂ ਪੰਜਾਬ ਦੀ ਇਲੈਕਸ਼ਨ ਤੇ ਹੀ ਡਿਬੇਟ ਕਰਾਂਗੇ। ਇੱਕ ਵਾਰ ਫਿਰ ਤੋਂ ਰਿਪੀਟ ਕਰਨਾ, ਫਰਾਈਡੇ ਨੂੰ 2 ਫਰਵਰੀ ਨੂੰ 6-7 ਹਲਕਿਆਂ ਦੀਆਂ ਤੁਹਾਡੇ ਸਾਹਮਣੇ ਓਪੀਨੀਅਨ ਪੋਲ ਪੇਸ਼ ਕਰਾਂਗੇ। ਮੁੱਲਾਪੁਰ ਦਾਖਾ, ਧੂਰੀ, ਸਨਾਮ, ਚਮਕੌਰ ਸਾਹਿਬ, ਰੋਪੜ, ਮਾਨਸਾ ਤੇ ਇੱਕ ਜਿਹੜੀ ਹੋਰ ਰਾਈਡਿੰਗ ਹੈ, ਆਮ ਨੋਟ ਸ਼ੋਰ ਕਿ ਕਿਹੜੀ ਹੋਊਗੀ, ਵੀ ਆਰ ਸਟਿਲ ਵਰਕਿੰਗ ਔਨ ਇਟ। ਤੇ ਉਮੀਦ ਇਹੀ ਕਰਦੇ ਹਾਂ ਕਿ ਤੁਹਾਨੂੰ ਸਾਡੇ ਸ਼ੋਅ ਪਸੰਦ ਆ ਰਹੇ ਨੇ। ਜੇ ਤੁਹਾਡੇ ਸ਼ੋਅ ਬਾਰੇ, ਸਾਡੇ ਸ਼ੋਅ ਬਾਰੇ ਜੋ ਵੀ ਵਿਚਾਰ ਹੁੰਦੇ ਆ, ਇਨਸਟੈਡ ਆਫ ਤੁਸੀਂ ਸਾਡੇ ਯਾਰਾਂ ਦੋਸਤਾਂ ਨੂੰ ਫੋਨ ਕਰਕੇ ਜਾਂ ਹੋਰ ਕਿਸੇ ਨੂੰ ਫੋਨ ਕਰਕੇ ਸਾਡੇ ਉੱਤੇ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕਰੋ, ਤੁਸੀਂ ਸਾਨੂੰ ਆਪਣੇ ਵਿਚਾਰ ਸਿੱਧੇ ਕਾਲ ਕਰਕੇ ਦੇ ਸਕਦੇ ਜੋ ਚੱਕਦੇ ਟੀਵੀ ਦੀ ਜਿਹੜੀ ਵੀ ਚੱਕਦੇ ਟੀਵੀ ਦੀ ਟੀਮ ਜਿਸ ਤਰ੍ਹਾਂ ਕੰਮ ਕਰ ਰਹੀ ਹੈ ਉਸ ਤਰ੍ਹਾਂ ਹੀ ਕੰਮ ਕਰਦੀ ਰਹੂਗੀ। ਮੇਰੇ ਖਿਆਲ ਨਹੀਂ ਅਸੀਂ ਤੁਹਾਡੇ ਫੋਨ ਕਾਲ ਜਾਂ ਫਿਰ ਤੁਹਾਡੇ ਨਾਲ ਮਿਲ ਕੇ, ਤੁਸੀਂ ਜੇ ਮਿਲ ਕੇ ਸਾਨੂੰ ਕੁਝ ਸਮਝਾਉਣਾ ਚਾਹੋ ਕਿ ਪਰਟੀਕੁਲਰ ਪਾਰਟੀ ਵਾਸਤੇ ਪ੍ਰਚਾਰ ਕਰਨਾ ਚਾਹੋ, ਮੈਂ ਵਰਡ ਪ੍ਰਚਾਰ ਯੂਜ਼ ਕਰ ਰਿਹਾ ਵਾਂ ਜਾਣ ਕੇ, ਅਸੀਂ ਉਹ ਕੰਮ ਨਹੀਂ ਕਰਾਂਗੇ। ਅਸੀਂ ਜਿਹੜੇ ਤਰੀਕੇ ਨਾਲ ਇਹ ਚੈਨਲ ਚਲਾਇਆ ਸੀ ਅਸੀਂ ਉਸ ਤਰੀਕੇ ਨਾਲ ਹੀ ਚਲਾਉਂਦੇ ਰਹਾਂਗੇ। ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਅੱਜ ਦੀ ਕੋਸ਼ਿਸ਼ ਪਸੰਦ ਆਈ ਹੋਊਗੀ। ਇਹਦੇ ਨਾਲ ਹੀ ਮੈਨੂੰ ਅਤੇ ਸਾਡੀ ਸਾਰੀ ਟੀਮ ਨੂੰ ਦਿਓ ਇਜਾਜ਼ਤ। ਧੰਨਵਾਦ। Thank you.